कितनी देर होगी ऑपरेशन को? हाँ, 2015 मई को है ना, आठ आठ महीने हो पड़े कितना बात कटे आठ महीने से ਸਿਰਫ ਮੋਟਾਪਾ ਹੀ ਸੀ ਨਾ ਜੁਆਇੰਟ ਪ੍ਰੋਬਲਮ ਮਤਲਬ ਦਰਦ ਮਤਲਬ ਸਾਰਾ ਅੱਛਾ ਹਾਂ ਇਹਦਾ ਨਾ ਇਹ ਦੁੱਧ ਪੀਣਾ ਤੁਸੀਂ ਦਹੀਂ ਲੱਸੀ ਦਬਾ ਕੇ ਚੰਗੀ ਠੀਕ ਹੈ ਉਹਦੇ ਨਾਲ ਹੱਡੀਆਂ ਨੂੰ ਤਾਕਤ ਮਿਲੂਗੀ ਨੰਬਰ 2 ਵਰਜਿਸ਼ ਜੇ ਵਰਜਿਸ਼ ਨਹੀਂ ਕਰਾਂਗੇ ਤਾਂ ਹੱਡੀ ਨੇ ਕੈਲਸ਼ੀਅਮ ਨੂੰ ਬਲੱਡ ਚ ਖਿੱਚਣਾ ਨਹੀਂ ਹੈ ਜਿੰਨੇ ਮਰਜ਼ੀ ਗੋਲੀਆਂ ਖਾਈ ਜਾਓ ਵਰਜਿਸ਼ ਕੀ ਕਰ ਸਕਦੇ ਆ ਤੁਸੀਂ ਭਾਵੇਂ ਤਾਂ 10-15 ਮਿੰਟ ਕੋਈ ਯੋਗਾ ਕਰ ਲਓ ਜਾਂ ਜਿਮ ਕਰ ਲਓ ਪਰ ਇਹ ਸਰੀਰ ਨੂੰ ਜੇ ਇਹਦੀ ਸਰਵਿਸ ਨਹੀਂ ਕਰੋਗੇ ਇਹਨੇ ਨਹੀਂ ਚੱਲਣਾ ਵਧੀਆ ਤਰੀਕੇ ਨਾਲ ਭਾਵੇਂ ਪਤਲਾ ਵੀ ਹੋ ਜਾਏ ਫਿਰ ਵੀ ਉਹ ਗੱਲ ਨਹੀਂ ਬਣੇਗੀ ਧਿਆਨ ਤਾਂ ਰੱਖਣਾ ਪੈਣਾ ਨਾਲ ਆਪਣਾ ਕੈਲਸ਼ੀਅਮ ਵਿਟਾਮਿਨ ਵਗੈਰਾ ਖਾਈ ਜਾਂਦੇ ਤੁਸੀਂ ਠੀਕ ਹੈ ਐਕਸਰਸਾਈਜ਼ ਜਿਮ ਸ਼ੁਰੂ ਕਰਨਾ ਹੁਣ ਤੁਸੀਂ ਕੈਲਸ਼ੀਅਮ 2 ਟਾਈਮ ਧੁੱਪ 'ਚ ਬੈਠਣਾ ਡੇਲੀ 1 ਘੰਟਾ ਅਤੇ ਥੋੜ੍ਹੀ ਵਰਜਿਸ਼ ਕਰਨੀ ਓਕੇ